आ गया। हेलो हेलो, हाँ मलकीत की हाल है? वीर जी की हाल है, ठीक हो? ठीक ठाक जी। वीर जी मैनू कॉलेज चो छुट्टियां हो गया, मैं पिंड आ रहा। ठीक है, जद आजा तेरा घर है दिन रात। हाँ जी हाँ जी, आजा। ठीक है जी, ठीक है। ओ बिल्लू तेरे चाचा जी आ रहे ने वे। ਇੱਕ ਤਾਂ ਮੈਨੂੰ ਤਪਾਲਿਆ ਸਾਡੇ ਬੁੜੇ ਨੇ, ਇੱਕ ਤਪਾਲਿਆ ਮੈਨੂੰ ਸਾਈਕਲ ਨੇ, ਇਹਨੂੰ ਤਾਂ ਅੱਜ ਸਿੱਟ ਕੇ ਅੰਕੁਵਾੜੀਆਂ ਦੇ। ਉਹ ਬਿੱਲੂ ਪੁੱਤ ਕੀ ਹਾਲ ਆ ਤੇਰਾ? ਠੀਕ ਆ। ਹਾਂ ਵਧੀਆ। ਹੋਰ ਸੁਣਾ ਬਿੱਲੂ। ਵਧੀਆ, ਤੂੰ ਦੱਸ ਹੋਰ ਵੀ ਚਾਚਾ ਕਿਵੇਂ ਆ ਫਿਰ? ਕੀ ਆ ਬਿੱਲੂ ਪੁੱਤ, ਤੂੰ ਸੁਣਾ। ਵਧੀਆ, ਲੋਟ ਹੈ। ਤੇਰਾ ਡੈਡੀ ਦਿਖਾਈ ਨਹੀਂ ਦੇ ਰਿਹਾ, ਕਿੱਧਰ ਗਿਆ ਉਹ? ਉਹ ਮੇਰਾ ਡੈਡੀ ਤਾਂ ਗਿਆ ਉਹਨਾਂ ਦੇ ਕੀ ਨਾਲ ਨੰਬਰਦਾਰ ਦੀ। ਅੱਛਾ, ਸੁੱਖ ਤਾਂ ਹੈ? ਜਿਹੜਾ ਉਹਦੇ ਨਾਲ ਦਾ ਸੀਗਾ ਉਹਦਾ ਸਾਥੀ। ਹਾਂ ਹਾਂ, ਉਹ ਗੋਲੀਆਂ ਦੇ ਕੇਸ ਚ ਫਸ ਗਿਆ। ਅੱਛਾ, ਉਹਦੀ ਜ਼ਮਾਨਤ ਕਰਾਉਂਦਾ ਫਿਰਦਾ। ਠੀਕ ਆ। ਹਾਂ, ਤੇਰੀ ਬੇਬੇ ਦਿਖਾਈ ਨਹੀਂ ਦੇ ਰਹੀ ਬਿੱਲੂ। ਉਹ ਬੇਬੇ ਦੀ ਕੀ ਦੱਸਾਂ, ਤੈਨੂੰ ਪਤਾ ਤਾਂ ਹੈਗਾ ਕਿਹਾ ਜਾ ਭਾਈ ਤੇਰਾ। ਕੀ ਹੋ ਗਿਆ ਤੀਗਾ? ਇਹਨੇ ਕੁੱਟ ਕੇ ਡੱਕਰਤੀ। ਅੱਛਾ, ਬਸ ਉਦੋਂ ਦੀ ਗਈ ਹੋਈ ਆ, ਉਹਦੀ ਤਾਂ ਬਾਹਲੀ ਯਾਦ ਆਉਂਦੀ ਆ। ਅੱਛਾ, ਲੈ ਬਿੱਲੂ ਪੁੱਤ, ਦੁਪਹਿਰ ਦੀ ਰੋਟੀ ਤਿਆਰ ਆ, ਜਦੋਂ ਮਰਜ਼ੀ ਖਾ ਲਿਓ। ਚੰਗਾ। ਮਹਾ ਜੀ ਸੁਣਦੇ ਹੋ? ਸੁਣਾ, ਕੀ ਸੁਣਾਏਗੀ? ਆ ਭਾਂਡੇ ਮਾਂਜ ਲਈ, ਕੱਪੜੇ ਧੋ ਲਈ, ਮੱਝਾਂ ਨੂੰ ਪੱਠੇ ਪਾ ਦੀ, ਮੈਂ ਚੱਲੀ। ਨਾ, ਮੈਂ ਤੇਰਾ ਨੌਕਰ ਲੱਗਿਆ ਹਾਂ, ਤੂੰ ਕਿੱਥੇ ਚੱਲੀ? ਮੈਂ ਆਪਦੇ ਪੇਕੇ ਚੱਲੀ, ਮੇਰੇ ਤਾਇਆ ਜੀ ਪੂਰੇ ਹੋ ਗਏ, ਮੈਂ ਉਹਦੇ ਦਾਹ ਤੇ ਚੱਲੀ ਆ। ਨੀ, ਤੂੰ ਪੇਕਿਆਂ ਦੀ ਉਮਕਾਣ ਦੇਈ ਜਾਈ, ਹੋਰ ਘਰੇ ਕੰਮ ਨਹੀਂ ਹੈ ਕੋਈ? ਕਿਤੇ ਨਹੀਂ ਜਾਣਾ, ਘਰੇ ਬੈਠ। ਬੇਬੇ ਬੇਬੇ ਤੂੰ ਜਾ, ਆਪਣਾ ਤਾਂ ਰਿਸ਼ਤੇਦਾਰੀ ਦਾ ਮਾਮਲਾ ਹੈ, ਇਹਨੇ ਤਾਂ ਕਿਸੇ ਨਾਲ ਨਹੀਂ ਵਰਤਣਾ, ਆਪਾਂ ਤਾਂ ਵਰਤਣਾ ਹੈ। ਮਾਰ ਲਿਓ ਇਹਦੇ ਭੋਗ ਮਕਾਣਾ ਨੇ। ਉਹ ਬਾਪੂ, ਤੂੰ ਨਹੀਂ ਮਰੇਗਾ ਕਦੇ, ਤੇਰੇ ਵੀ ਕਦੇ ਕੋਈ ਭੋਗ ਮਕਾਨ ਤੇ ਆਊਗਾ ਕੋਈ? ਤਾਂ ਹੀ ਆਊਗਾ ਜੇ ਅੱਜ ਕਿਸੇ ਤੇ ਜਾਵਾਂਗੇ। ਰੋਟੀ ਵੀ ਨਹੀਂ ਖਾਣ ਦਿੰਦੇ ਉਹ ਜੱਜ ਨਾਲ। ਚੱਲ ਬਾਬਾ, ਭੇਜਦੇ ਕਲੇਸ਼ ਨਾ ਕਰ। ਭੇਜਦੇ ਇਹਨੂੰ। ਪੈਰੀ ਪੈਨਾ ਭਰਜਾਈ ਕਿਵੇਂ ਆ ਮਲਕੀਤ? ਆ ਗਿਆ। ਮਲਕੀਤ ਬੜਾ ਖੁਸ਼ ਹੈ। ਖੁਸ਼ ਤਾਂ ਭਰਜਾਈ ਹੋਣੀ ਆ, ਮੈਂ ਖੇਡਾਂ ਚੋਂ ਪਹਿਲਾ ਸਥਾਨ ਲੈ ਕੇ ਆਇਆ। ਉਹ ਤਾਂ ਲਿਆਉਣਾ ਹੀ ਸੀ, ਆਖਰ ਦਿਓਰ ਕਿਸ ਦਾ ਹੈ? ਮਲਕੀਤ, ਇਹ ਸਭ ਤੇਰੀ ਮਿਹਨਤ ਦਾ ਨਤੀਜਾ ਹੈ। ਭਰਜਾਈ, ਇਹ ਤੇਰੀ ਮਿਹਨਤ ਦਾ ਨਤੀਜਾ ਸਭ? ਨਹੀਂ, ਇਹ ਤੇਰੀ ਮਿਹਨਤ ਦਾ ਨਤੀਜਾ ਹੈ। ਨਹੀਂ ਭਰਜਾਈ, ਇਹ ਸੋਡੀ ਮਿਹਨਤ ਦਾ ਨਤੀਜਾ। ਨਹੀਂ, ਇਹ ਤੇਰੀ ਮਿਹਨਤ ਦਾ ਨਤੀਜਾ ਹੈ। ਭਾਬੀ, ਸੋਡੀ ਵੀ ਮਿਹਨਤ ਨਾਲ ਹੀ ਆ। ਮੇਰੀ ਕੋਈ ਮਿਹਨਤ ਨਹੀਂ, ਦੋਨਾਂ ਨੇ ਮਿਹਨਤ ਮਿਹਨਤ ਲਾਈ ਹੈ। ਜਿਹੜਾ ਪੁਲਿਸ ਤੋਂ ਪਾਸੇ ਕਟਾ ਕੇ ਦੋ ਪੈਸੇ ਕਮਾਉਂਦਾ ਉਹਦਾ ਕੋਈ ਨਾਮ ਨਹੀਂ। ਪਿਆਰਾ ਪਿਆਰਾ ਟਿੱਕੇ, ਬੈਠ, ਮੈਂ ਚਾਹ ਬਣਾਉਣੀ ਆ। ਕੋਈ ਨਾ ਭਾਬੀ, ਬਣਾ ਲਾ। ਮਲਕੀਤ, ਲੈ ਚਾਹ। ਲਿਆਓ ਜੀ। ਮੈਂ
ਮੇਰੀ ਮਿਹਨਤ ਕਿੱਧਰ ਗਈ? ਮਿਹਨਤ ਮਿਹਨਤ ਕਰੀ ਜਾਂਦੇ ਦੋਨੇ। ਉਹ ਭਾਈ, ਜੇ ਤੂੰ ਆਪ ਪੁੱਠੇ ਸਿੱਧੇ ਜੇ ਕੰਮ ਛੱਡ ਦੇ ਨਾ, ਮੈਂ ਇੱਕ ਦਿਨ ਪੜ੍ਹ ਕੇ ਵੱਡਾ ਅਫਸਰ ਲੱਗ ਜਾ। ਉਹ ਜਦ ਤੱਕ ਤੂੰ ਵੱਡਾ ਅਫਸਰ ਬਣੇਗਾ ਉਦੋਂ ਤਾਂ ਭੁੱਖੇ ਮਰ ਜਾਂਗੇ। ਉਹ ਬਾਈ, ਸਾਰੀ ਦੁਨੀਆ ਕਿਹੜਾ ਬਲੈਕ ਕਰਦੀ ਆ। ਚੱਕ ਕੇ ਲਿਆ ਉਹ 10 ਲੀਟਰ ਵਾਲਾ ਬਲੈਡਰ, ਹੁਣ ਬਣਾ ਲਿਆ ਉਹਨੂੰ 1000 ਰੁਪਈਆ। ਮੈਂ ਅਫਸਰ ਲੱਗੂ ਅਫਸਰ ਲੱਗੂ ਸਾਰਾ ਦਿਨ, ਤੈਨੂੰ ਤਾਂ ਪਤਾ ਹੀ ਹੈ। ਨਹੀਂ ਨਹੀਂ ਕੋਈ ਗੱਲ ਨੀ ਭਰਜਾਈ, ਮੈਨੂੰ ਪਤਾ ਬਾਈ ਦੇ ਸੁਭਾਅ ਦਾ ਤਾਂ। ਹੱਡ ਪੈਰ ਜੇ ਟੁੱਟੇ ਪਏ ਨੇ। ਹਾਏ, ਰਾਤ ਦਾ ਸਰੀਰ ਜਾ ਟੁੱਟੀ ਜਾਂਦਾ ਹੈ। ਹੱਡ ਪੈਰ ਟੁੱਟੇ ਪਏ ਨੇ। ਹੱਡ ਪੈਰ ਤਾਂ ਕਦੇ ਤੇਰੇ ਮੈਂ ਤੋੜੂ। ਇਹ ਤੋੜੂਗਾ ਹੱਡ ਪੈਰ ਮੇਰੇ ਟੱਡਾ ਜਾ। ਨਾਲੇ ਜਾਣਦਾ ਟੱਡਾ ਜੇ ਨੂੰ ਕਿੰਨੀ ਛੋਟੀ ਜੀ ਹੁੰਦੀ ਆ, ਐਡੇ ਬੜੇ ਹਾਥੀ ਨੂੰ ਢਾਲਾਂਦੀ ਆ। ਨਾਲੇ ਸਾਰਾ ਦਿਨ ਲੜਦੇ ਰਹਿਣਾ, ਮੇਰੀ ਵੀ ਸੁਣ ਲਿਆ ਕਰੋ। ਸੁਣਾ ਦੇ ਕਿਹੜੀ ਹੀਰ ਸੁਣਾਏਗੀ ਤੂੰ? ਮੈਂ ਤਾਂ ਪੇਕਿਆਂ ਦੀ ਗੱਲ ਕਰਦੀ ਸੀ। ਜਾਣਦਾ ਮੈਂ ਤੇਰੇ ਪੇਕਾਂ ਨੂੰ ਠੱਗ ਨੇ ਠੱਗ। ਮੈਂ ਕਿਹੜੀ ਠੱਗੀ ਮਾਰ ਲਈ ਤੇਰੇ ਨਾਲ? ਮੇਰੇ ਨਾਲ ਮੋਟਰਸਾਈਕਲ ਦੀ ਗੱਲ ਕਰਕੇ ਸਾਈਕਲ ਵੀ ਨਹੀਂ ਦਿੱਤਾ। ਕਲੇਚੀਆ, ਮੇਰੀ ਮਾਂ ਫੇਰ ਵੀ ਚੰਗੀ ਆ ਜਿਹੜੀ ਤੇਰੇ ਵਰਗੇ ਬਲੈਕੀਏ ਨਾਲ ਕੱਟੀ ਜਾਂਦੀ ਆ। ਜੇ ਕੋਈ ਹੋਰ ਹੁੰਦੀ ਅੱਜ ਨੂੰ ਕਿੱਦਾਂ ਦੀ ਛੱਡ ਕੇ ਵਗ ਜਾਂਦੀ। ਮੈਂ ਤਾਂ ਸ਼ਰੀਫ ਬੰਦਾ, ਸ਼ਰੀਫ ਬੰਦਾ। ਸਾਰਾ ਪਿੰਡ ਜਾਣਦਾ ਤੇਰੇ ਵੱਡੇ ਸ਼ਰੀਫ ਨੂੰ। ਹਾਏ ਓ ਮੇਰੇ ਰੱਬਾ, ਇਹ ਜੀ ਲਾਤ ਰਲੋ ਮੈਂ ਉਹੀ ਚੰਗਾ। ਤੇਰੇ ਵਰਗੇ ਬਾਪ ਨਾਲ ਤਾਂ ਮੈਂ ਉਹੀ ਚੰਗਾ। ਓ ਬੇਬੇ ਤੂੰ ਹੀ ਚੁੱਪ ਕਰ ਜਾ। ਓਏ ਇਹ ਤਾਂ ਬੇਬੇ ਅੱਧਾ ਪਾਗਲ ਹੈ। ਜੇ ਪੂਰਾ ਪਾਗਲ ਹੁੰਦਾ ਇਹਨੂੰ ਪਾਗਲ ਖਾਂਦੇ ਛੱਡਿਆਉਂਦੇ। ਬੱਬੂ ਬੰਮਣੇ ਦੇ ਘਰ ਵਾਲੀ ਦੇਖ ਲੈ ਕਿੰਨੀ ਚੰਗੀ ਹੈ। ਬੇਅਕਲ ਆਪ ਦੀ, ਜਨਾਨੀ ਦੂਜੇ ਦੀ ਸਭ ਨੂੰ ਚੰਗੀ ਲੱਗਦੀ ਹੈ। ਉਸੇ ਦੀਆਂ ਪੱਕੀਆਂ ਖਾ ਲਈ। ਚੰਗਾ ਮੈਂ ਚੱਲੀ ਆ। ਆ ਚੱਕ ਆਪਦਾ। ਓਏ ਉਹ ਪੰਜਾਤੀ ਨਾ ਹਟਿਆ। ਉਹ ਕਰਤਾਰੀ ਡਾਰਲਿੰਗ, ਮੇਰੀ ਗੱਲ ਤਾਂ ਸੁਣ ਜਾ, ਮੇਰੀ ਗੱਲ ਤਾਂ ਸੁਣ ਜਾ। ਆਏ ਓਏ ਵਧੀਆ ਹੋਇਆ ਬਾਗੀ, ਜੂੜ ਵੜ ਗਿਆ ਨਜ਼ਾਰੇ ਨੇ, ਹੁਣ ਮੌਜਾਂ ਨੇ ਮੌਜਾਂ। ਬੱਬੀ ਦੇ ਘਰ ਵਾਲੇ ਨੂੰ ਸੁਣਾ ਦੀ ਹੁਣ ਗੱਲਾਂ, ਮੈਂ ਤਾਂ ਚੱਲੀ ਆ। ਇਹ ਬੰਦਾ ਨੀ ਸਮਝਦਾ। ਅੱਛਾ, ਉਹ ਮਲਕੀਤ ਮੇਰੀ ਗੱਲ ਸੁਣ। ਗੱਲ ਕੋਈ ਕੀ ਹੋ ਗਿਆ? ਮੈਂ ਕਾਲਜ ਕਿਉਂ ਲੇਟ ਹੋ ਰਿਹਾ? ਓਏ ਤੂੰ ਦੇਖ, ਮੇਰੇ ਹੱਥ 'ਚ ਰੇਲ ਯਾਤਰਾ, ਵਿਦੇਸ਼ ਯਾਤਰਾ। ਨਾ ਤਾਂ ਮੈਨੂੰ ਵਿਦੇਸ਼ ਯਾਤਰਾ ਲੱਗਦੀ ਆ, ਨਾ ਮੈਨੂੰ ਰੇਲ ਯਾਤਰਾ ਲੱਗਦੀ ਆ। ਜਿਹੋ ਜਿਹੇ ਬਾਈ ਤੂੰ ਕੰਮ ਕਰਦਾ ਨਾ, ਮੈਨੂੰ ਲੱਗਦਾ ਤੂੰ ਜੇਲ੍ਹ ਯਾਤਰਾ ਕਰੇਗਾ। ਉਹ ਤੂੰ ਦਫੇ ਹੋ, ਕਿਤਾਬੀ ਕੀੜਾ, ਢੱਕਣ ਨਾ ਹੋਵੇ ਕਿਸੇ ਥਾਂ ਦਾ, ਮੂਹਰੇ ਖਰਾਬ ਕਰਤਾ। ਉਹ ਬਿੱਲੂ ਪੁੱਤ, ਉਹ ਬਿੱਲੂ ਪੁੱਤ ਕਿੱਦਣ ਮਰ ਗਿਆ? ਚਾਹ ਦੀ ਘੁੱਟ ਤੱਕ ਲਾ ਦੇ। ਹਾਂਜੀ, ਹੋਰ ਸੁਣਾਓ ਸਰਦਾਰ ਜੀ, ਕਿੱਦਾਂ ਚੱਲ ਰਹੀ ਤੁਹਾਡੀ ਡਿਊਟੀ? ਬਸ ਡਿਊਟੀ ਤਾਂ ਬਹੁਤ ਵਧੀਆ ਚੱਲ ਰਹੀ ਹੈ, ਪਰ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਇਲੈਕਸ਼ਨ ਡਿਊਟੀ ਚੱਲ ਰਹੀ ਹੈ, ਦੌੜ ਭੱਜ ਕੁਝ ਜ਼ਿਆਦਾ ਹੀ ਹੈ। ਠੀਕ ਹੈ ਜੀ, ਇਸ ਕਰਕੇ ਹੁਣ ਮੈਂ ਆਇਆ, ਕੋਈ ਪਤਾ ਨਹੀਂ ਕਦੋਂ ਫੋਨ ਆ ਜੀ। ਬਸ ਸਾਡੇ ਜੋਗਾ ਟਾਈਮ ਹੈ ਨਹੀਂ ਤੁਹਾਡੇ ਕੋਲ। ਨਹੀਂ ਨਹੀਂ ਹੈ। ਅੱਛਾ, ਹੋਰ ਬੱਚੇ ਸਭ ਠੀਕ ਠਾਕ ਨੇ? ਹਾਂਜੀ ਸਭ ਠੀਕ ਠਾਕ ਨੇ। ਤੁਸੀਂ ਵੀ ਠੀਕ ਹੋ? ਜੀ ਠੀਕ ਠਾਕ, ਤੁਸੀਂ ਤਾਂ ਨਹੀਂ ਟਾਈਮ ਦਿੰਦੇ ਬੱਚਿਆਂ ਨਾਲ ਟਾਈਮ ਪਾਸ ਕਰਨਾ। ਕੀ ਕਰੀਏ, ਡਿਊਟੀ ਕੁਛ ਐਸੀ ਹੈ। ਕੌਣ ਜੀ? ਸਰ ਭੋਲਾ ਸਿੰਘ ਬੋਲ ਰਿਹਾ ਸੀ ਜੀ। ਕੀ ਕੰਮ ਸੀ ਭੋਲਾ ਜੀ, ਦੱਸੋ। ਸਰ ਸਰ ਮੇਰੇ ਕੋਲ ਇੱਕ ਜ਼ਰੂਰੀ ਸੂਚਨਾ ਸੀ, ਉਹਦੇ ਸੰਬੰਧ 'ਚ ਮਿਲਣਾ ਸੀ ਜੀ। ਠੀਕ ਆ, ਮੈਂ ਤਿਆਰ ਹੋ ਕੇ 1 ਘੰਟੇ ਦੇ ਵਿੱਚ ਉੱਚ ਥਾਣੇ ਆ ਰਿਹਾ, ਤੁਸੀਂ ਥਾਣੇ ਆ ਜਾਓ। ਠੀਕ ਆ ਸਰ, ਠੀਕ ਆ ਸਰ, ਹੁਣ ਬਣ ਗਈ ਗੱਲ। ਹਾਂ, ਭੋਲਾ ਸਿੰਘ ਦਾ ਫੋਨ ਸੀ, ਇਹਨੂੰ ਹੁਣੇ ਜਾਣਾ ਪੈਣਾ।
ਚੰਗਾ ਫਿਰ ਓਕੇ। ਗੁੱਡ ਮਾਰਨਿੰਗ ਸਰ। ਸਰ ਗੁੱਡ ਮਾਰਨਿੰਗ ਜੀ। ਆ ਜਾਓ ਭੋਲਾ ਸਿੰਘ, ਆ ਜਾਓ। ਹਾਂਜੀ ਭੋਲਾ ਸਿੰਘ, ਕੀ ਖਬਰ ਲਿਆ? ਸਰ ਜਿਹੜਾ ਜੱਲਾ ਸਿੰਘ ਬਲੈਕੀ ਆ, ਉਹਨੇ ਆਪਣਾ ਬਲੈਕ ਦਾ ਧੰਦਾ ਫਿਰ ਤੋਂ ਉਸੇ ਤਰ੍ਹਾਂ ਸ਼ੁਰੂ ਕਰਤਾ ਜੀ। ਫਿਰ ਸ਼ੁਰੂ ਕਰਤਾ? ਹਾਂਜੀ ਸਰ, ਉਸੇ ਤਰ੍ਹਾਂ ਚੱਲ ਰਿਹਾ ਜੀ ਸਾਰਾ ਕੁਛ। ਉਹਨੂੰ ਪਕੜਨ ਵਾਸਤੇ ਕਿਸੇ ਜ਼ਿੰਮੇਵਾਰ ਮੁਲਾਜ਼ਮ ਦੀ ਡਿਊਟੀ ਲਾਓ ਸਰ। ਭੋਲਾ ਸਿੰਘ ਤੇਰੇ ਨਾਲੋਂ ਵਧੀਆ ਜੈ ਸਰ, ਜ਼ਿੰਮੇਵਾਰ ਜਿਹੜਾ ਮੁਲਾਜ਼ਮ ਹੈ ਉਹ ਸਾਨੂੰ ਹੋਰ ਕਿਹੜਾ ਮਿਲ ਸਕਦਾ? ਜੈ ਸਰ, ਮੈਂ ਇਹ ਮਹਿਸੂਸ ਕਰਦਾ ਕਿ ਜੈਲਾ ਸਿੰਘ ਨੂੰ ਫੜਨ ਵਾਸਤੇ ਇਹ ਤੇਰੀ ਹੀ ਜ਼ਿੰਮੇਵਾਰੀ ਹੈ ਜੀ ਸਰ। ਤੂੰ ਉਸਦੀ ਹਰ ਹਰਕਤ 'ਤੇ ਨਿਗਾਹ ਰੱਖ ਜੀ, ਅਤੇ ਮੈਨੂੰ ਰੰਗੇ ਹੱਥੀ ਫੜਾ, ਮੈਨੂੰ ਉਸ ਬੰਦੇ ਨੂੰ ਰੰਗੇ ਹੱਥੀ ਫੜਾ। ਮੁਨਸ਼ੀ ਗੁਰਦੇਵ ਸਿੰਘ, ਇਹਦੀ ਮੈਂ ਜ਼ਿੰਮੇਵਾਰੀ ਲਾਤੀ ਨਾ ਜੈਲੇ ਸਮਗਲਰ ਨੂੰ ਫੜਨ ਵਾਸਤੇ, ਇਹ ਉਹੀ ਡਿਊਟੀ ਕਰੂਗਾ। ਠੀਕ ਹੈ, ਠੀਕ ਹੈ, ਜਿੱਥੇ ਵੀ ਤੈਨੂੰ ਮੇਰੀ ਲੋੜ ਪੈਂਦੀ ਹੈ ਜਦੋਂ ਮਰਜ਼ੀ ਫੋਨ ਕਰ ਲਈ ਜੀ ਸਰ। ਠੀਕ ਹੈ ਸਰ, ਲਾਪਰਵਾਹੀ ਨਹੀਂ ਕਿਸੇ ਗੱਲ ਦੀ ਕਰਨੀ। ਮੁਨਸ਼ੀ ਜੀ। ਜੀ ਸਰ। ਜਾ ਚੋਰੀ ਕਰਨ ਵਾਲੇ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਕੇਸਾਂ ਦਾ ਕੀ ਬਣਿਆ? ਸਰ ਦੋ ਬੰਦਿਆਂ ਦੀ ਡਿਊਟੀ ਲਾ ਰੱਖੀ ਹੈ। ਠੀਕ ਹੈ। ਪਤਾ ਨਹੀਂ ਕੌਣ ਆ ਗਿਆ। 100 ਰੁਪਈਆ ਦੇ ਦਿਓ, 100 ਰੁਪਈਆ। ਹਾਂ ਕੌਣ ਹੈ ਬਾਈ? 100 ਰੁਪਈਆ। ਓਏ ਹੱਟਾ ਘੱਟਾਂ ਤੇ ਹਾੜੀ ਕਰਕੇ ਨਹੀਂ ਖਾ ਸਕਦਾ। ਖਾਣ ਨੂੰ ਭੁੱਕੀ ਨਹੀਂ, ਪੀਣ ਨੂੰ ਦਾਰੂ ਨਹੀਂ, ਬੰਦਾ ਭੁੱਖਾ ਮਰੇ, ਮੰਗੇ ਨਾ ਤਾਂ ਹੋਰ ਕੀ ਕਰੇ। ਘਰ ਛੱਡਿਆ ਹੋਇਆ? ਘਰੋਂ ਕੱਢਿਆ ਹੋਇਆ। ਆ ਜਾ ਮੇਰੇ ਨਾਲ, ਆ ਜਾ, ਸਭ ਕੁਛ ਖਾਣ ਪੀਣ ਨੂੰ ਮਿਲੂ। ਹਾਂ ਗੱਲ ਸੁਣ, ਲੋਕਾਂ ਲਵੇ ਦਿਨ ਦਾ ਕੰਮ ਹੈ, ਆਪਣੇ ਲਵੇ ਤਾਂ ਦਿਨ ਰਾਤ ਦਾ ਕੰਮ ਹੈ, ਰਾਤ ਦਾ ਵੀ ਕੰਮ ਹੈ। ਕੀ ਕਰਾਏਗਾ? ਹਾਂ ਹਾਂ, ਕੋਈ ਚੱਕਰ ਨਹੀਂ ਹੈ। ਦੇਖ ਬਿੱਲੂ ਪੁੱਤ, ਦੇਖ ਬਿੱਲੂ ਪੁੱਤ, ਪਹਿਲਾਂ 3 ਦੀ ਰੋਟੀ ਆਉਂਦੀ ਤੇ ਹੁਣ 4 ਦੀ ਆਇਆ ਕਰੂਗੀ। ਓਏ ਹੁਣ ਤੂੰ 4 ਨਾਲ ਰੋਟੀ ਖਾਏਗਾ? ਓ ਨਹੀਂ, ਹੁਣ 4 ਬੰਦਿਆਂ ਦੀ ਰੋਟੀ ਲਿਆ ਕਰ, ਪੁੱਤ ਚੌਥਾ ਬੰਦਾ ਹੋਰ ਆ ਗਿਆ, ਤੇਰੇ ਨਾਲ ਕੰਮ ਕਰਾਇਆ ਕਰੂਗਾ। ਲੱਕੜਾਂ ਪਾਰ ਪਹਿਲਾਂ ਤਾਂ। ਨਹੀਂ, ਮੇਰੀਆਂ ਲੱਤਾਂ ਦੱਬ ਰਿਹਾ ਜਾ ਰਹੇ। ਓ ਤੂੰ ਦੱਸ ਯਾਰ, ਹਲਵਾ ਕਿਆ ਆ ਤੂੰ? ਕਿਤੇ ਲੱਕੜਾਂ ਪੜਵਾਉਣਾ ਪੜਵਾਉਣਾ, ਮੈਂ ਇੱਥੋਂ ਸਿਰ ਨਾ ਪੜਵਾ ਲਈ। ਓ ਭਾਈ ਜਾ, ਮੂਰਖ ਬੰਦਾ, ਕਿਤੇ ਸਿਰ ਨਾ ਪਾੜ ਦੇ, ਜਾ ਕੇ ਪਹਿਲਾਂ ਲੱਕੜੀ ਪੜਵਾ ਦੇ। ਠੀਕ ਆ ਜੀ, ਠੀਕ ਠੀਕ ਆ ਹਿਰਾ ਜੀ, ਜਾਣਾ ਜੀ। ਇੱਥੋਂ ਵੀ ਬੇਬੇ ਦੀਆਂ ਪੱਕੀਆਂ ਖਾਧੀਆਂ ਨਹੀਂ ਗਈਆਂ, ਤੈਨੂੰ ਹੁਣ ਪਤਾ ਲੱਗੂ ਜਦੋਂ ਮੇਰੇ ਕੋਲੇ ਕੰਮ ਕਰੇਗਾ। ਖਾਣ ਨੂੰ ਭੁੱਕੀ ਨਹੀਂ, ਪੀਣ ਨੂੰ ਦਾਰੂ ਨਹੀਂ, ਬੰਦਾ ਭੁੱਖਾ ਮਰੇ, ਮੰਗੇ ਨਾ ਤਾਂ ਹੁਣ ਕੀ ਕਰੇ। ਚੱਲ ਚੱਲ ਲੱਕੜਾਂ ਪਾੜ, ਉਹੋ ਜਿਹਾ ਤੈਨੂੰ ਇਹ ਟੱਕਰ ਗਿਆ, ਉਹੋ ਜਿਹਾ ਤੂੰ ਹੋ ਗਿਆ। ਲੱਕੜਾਂ ਤਾਂ ਤੇਰੀਆਂ ਮੈਂ ਪੜਵਾਉਂ। ਉਹ ਬਾਪੂ ਇਹਨੇ ਕਿਹਾ ਕੁਛ? ਕੀ ਕਿਹਾ? ਓਏ ਮੈਂ ਤਾਂ ਇਹ ਕਿਹਾ ਜੀ ਵੀ ਕੰਮ ਕੀ ਕੀ ਕਰਨੇ ਨੇ। ਹਾਂ ਖੇਤ ਲੈ ਜੀ ਲੱਕੜਾਂ ਪਾੜਨ ਤੋਂ ਬਾਅਦ। ਬਿੱਲੂ ਪੁੱਤ, ਸਵੇਰੇ ਸਵੇਰੇ ਕਿੱਥੇ ਚੱਲਿਆ ਤੂੰ? ਬਿੱਲੂ ਪੁੱਤ, ਕਿਤੇ ਨੌਕਰੀ ਲੱਗ ਗਈ? ਉਹ ਤੈਨੂੰ ਸ਼ਰਮ ਨਹੀਂ ਆਉਂਦੀ? ਰਾਤੇ ਰਾਤ ਮੈਂ ਕਿਹੜਾ ਡੀਸੀ ਲੱਗ ਗਿਆ, ਤੇਰੇ ਕੋਲ ਤਾਂ ਪਿਆ ਸੀ, ਜਦੋਂ ਕਿਤੇ ਜਾਵਾਂਗੇ ਕਿ ਨਾ ਉਹਦੀ ਟੋਕੂਗਾ ਇਹ। ਚਾਚਾ ਜੀ ਮੈਂ ਖੇਤ ਜਾ ਕੇ ਆਉਣਾ। ਅੱਛਾ ਅੱਛਾ, ਕੋਈ ਨਾ ਜਾਇਆ। ਉਹ ਤੂੰ ਨੱਕ ਤੇ ਮੱਕੀ ਨਹੀਂ ਬੈਠਣ ਦਿੰਦਾ। ਉਹ ਤੇਰੇ ਕਿਹੜਾ ਨੱਕ ਤੇ ਭਰਿੰਡਾ ਦਾ ਸੱਤਾ ਲੱਗਿਆ ਹੋਇਆ? ਲੈ ਸਮਝਾ ਲੈ ਬਿੱਲੂ ਪੁੱਤ, ਮੈਂ ਤੈਨੂੰ ਇਹੀ ਚਾਂਚ ਕਰ ਦਿੱਤੇ ਤੇ ਮੈਨੂੰ ਤੂੰ ਐਂ ਬੋਲੇ।
ਉਹ ਜੇ ਮੈਂ ਤੇਰੇ ਸੰਸਕਾਰਾਂ ਤੇ ਚੱਲਦਾ ਹੁੰਦਾ ਅੱਜ ਨੂੰ ਚਿੱਟਾ ਵੇਚਦਾ ਹੁੰਦਾ ਨਾਲੇ ਬੈਠਾ ਹੁੰਦਾ ਜੇਲ ਚ ਸੰਸਕਾਰ ਤਾਂ ਤੇਰਾ ਮੈਂ ਕਰੂੰ ਹੁਣ ਅੱਜ ਤਾਂ ਬੜੀਆਂ ਸਬਜ਼ੀਆਂ ਤਿਆਰ ਹੋ ਰਹੀਆਂ ਨੇ ਆ ਗਿਆ ਬਿੱਲੂ ਪੁੱਤ ਲੱਗਦਾ ਤਾਂ ਮੁੜ ਜਾਣਾ ਉਹ ਬਿੱਲੂ ਪੁੱਤ ਤੇਰੇ ਰਿਸ਼ਤੇ ਦੀ ਗੱਲ ਚੱਲ ਰਹੀ ਆ ਤੇਰਾ ਤਾਂ ਰਿਸ਼ਤਾ ਹੋ ਜੂ ਪਹਿਲਾਂ ਤੂੰ ਆਪਣਾ ਕਰਾ ਲੈ ਬਿੱਲੂ ਪੁੱਤ ਮੈਂ ਪੜ੍ਹ ਲਿਖ ਕੇ ਕੁਛ ਬਣ ਜਾ ਫੇਰ ਵਿਆਹ ਕਰਾਊਂਗਾ ਉਹ ਸੱਚ ਚਾਚਾ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨ ਲੱਗਿਆ ਸੀ ਆਪਾਂ ਜਾ ਕੇ ਆਉਣਾ ਸੀ ਕਿੱਥੇ ਜਾਣਾ ਆਪਾਂ ਤਾਂ ਸਿਆਣੇ ਕੋਲ ਹੀ ਜਾਣਾ ਸੀ ਉਹ ਕਿਸੇ ਬਾਬੇ ਬੂਬੇ ਤੇ ਨਹੀਂ ਜਾਣਾ ਹੈ ਚੁੱਪ ਕਰ ਤੂੰ ਰੰਗ ਚ ਭੰਗ ਪਾਉਣ ਨੂੰ ਤੂੰ ਮੂਹਰੀ ਰਹਿਣਾ ਓਏ ਆਪਣੇ ਘਰੇ ਰੰਗ ਤੇ ਭੰਗ ਕੌਣ ਧਰ ਗਿਆ ਉਹ ਤੇਰਾ ਉੱਪਰ ਬੁੜਾ ਰੱਖ ਕੇ ਗਿਆ ਕਿਹਨੇ ਧਰ ਕੇ ਜਾਣਾ ਸੀ ਮੁਰਗਾ ਬੋਲੂ ਬਿੱਠ ਮਾਰੂ ਉਹ ਮੁਰਗਾ ਆਪਣੇ ਘਰੇ ਕਿੱਥੋਂ ਆ ਗਿਆ ਹਾਏ ਓਏ ਮੇਰਿਆ ਰੱਬਾ ਇਹ ਮਰਦਾ ਕਿਉਂ ਨਹੀਂ ਇਹਦੇ ਬਗੈਰ ਕਿਹੜਾ ਸੱਭਿਆਚਾਰਕ ਮੇਲਾ ਲੱਗਣੋਂ ਹਟ ਜੂ ਬਿੱਲੂ ਚੁੱਪ ਕਰ ਜਾ ਪੁੱਤ ਸਿਆਣੀ ਗੱਲ ਕਰ ਕੋਈ ਓ ਸੱਚ ਚਾਚਾ ਮੈਂ ਤਾਂ ਤੈਨੂੰ ਇਹੀ ਗੱਲ ਦੱਸਦਾ ਸੀ ਆਪਾਂ ਤਾਂ ਸਿਆਣੇ ਕੋਲ ਹੀ ਜਾਣਾ ਸੀ ਅੱਛਾ ਸਿਆਣਿਆਂ ਕੋਲੇ ਕੁਛ ਨਹੀਂ ਰੱਖਿਆ ਤੁਸੀਂ ਆਪ ਸਿਆਣੇ ਬਣੋ ਓ ਆ ਜਾ ਚਾਚਾ ਚੱਲੀਏ ਸਾਡੇ ਇਹਨਾਂ ਨੂੰ ਇਹ ਤਾਂ ਆਪੀ ਕਰੀ ਜਾਣਗੇ ਭੱਜਿਆ ਕਿਹੜਾ ਖਾਣੀ ਪੀਲਾ ਪਾਣੀ ਮੇਰਾ ਕੱਚਾ ਭੋਲੂ ਆਏ ਨੀ ਹਣ ਹਜੇ ਤੱਕ ਕੀ ਗੱਲ ਹੋ ਗਈ ਆਏ ਨੀ ਹਜੇ ਤੱਕ ਆਉਂ ਜੇ ਹੋਏ ਆਹ ਦੇਖ ਬਈ ਚਾਚਾ ਅੱਜ ਤਾਂ ਸੂਰਜ ਵੀ ਦੂਏ ਪਾਸਿਓਂ ਨਿਕਲਿਆ ਲੱਗਦਾ ਅੱਜ ਤਾਂ ਵੱਡਾ ਭਾਈ ਝਾੜੂ ਲਾ ਰਿਹਾ ਓਏ ਆ ਗਏ ਠੱਗੀ ਲਵਾ ਕੇ ਉਹ ਤੇਰੇ ਜਿੱਡਾ ਠੱਗ ਤਾਂ ਕੋਈ ਦੇਖਿਆ ਨੀ ਦਾਰੂ ਚ ਪਾਣੀ ਪਾ ਕੇ ਤੂੰ ਵੇਚੀ ਜਾਂਦਾ ਹੈ ਭੁੱਕੀ ਚ ਕੱਦੂ ਕੁੱਟ ਕੁੱਟ ਕੇ ਤੂੰ ਦੇਈ ਜਾਂਦਾ ਹੈ ਡੁਪਲੀਕੇਟ ਗੋਲੀਆਂ ਤੂੰ ਵੇਚਦਾ ਉਹ ਜਿੱਦੇ ਤੇਰੇ ਪੁਲਿਸ ਨੇ ਘੋਟਾ ਲਾਇਆ ਕਿ ਨਾ ਸਲਾਂਖਾਂ ਦੇ ਪਿੱਛੇ ਸਿੱਟਿਆ ਤੈਨੂੰ ਫੇਰ ਪਤਾ ਲੱਗੂ ਇਹ ਵਾਸਤੇ ਦੋ ਨੰਬਰ ਦਾ ਧੰਦਾ ਤਾਂ ਇਮਾਨਦਾਰੀ ਨਾਲ ਕਰ ਲਿਆ ਕਰ ਕਲੇਸੀਆ ਚੁੱਪ ਵੀ ਕਰ ਜਾਓ ਚੁੱਪ ਵੀ ਕਰ ਜਾ ਨਾਲੇ ਹੋਰ ਹੈ ਉਹ ਰਾਣੇ ਦਾ ਕਹਾਣਾ ਜੇ ਨਹਿਰ ਸੁੱਕ ਜਾਏਗੀ ਨਾ ਸੂਏ ਤਾਂ ਆਪੀ ਸੁੱਕ ਜਾਂਦੇ ਨੇ ਇਹਦਾ ਮਤਲਬ ਮੈਂ ਮਰ ਜਾਵਾਂ ਹਾਂ ਅਸੀਂ ਕਦ ਕਹਿਣੇ ਵੀ ਤੂੰ ਜਾ ਛੱਡ ਬਿੱਲੂ ਆਪਾਂ ਸਰਪੰਚਾਂ ਦੇ ਪੋਤੇ ਦੇ ਸ਼ਗਨ ਤੇ ਵੀ ਜਾਣਾ ਉਹ ਹਾਂ ਚਾਚਾ ਚੱਲ ਚੱਲੀਏ ਇਹ ਤਾਂ ਜਹਿ ਜਾ ਹੈਗਾ ਹੈਗਾ ਹੋਰ ਬਾਈ ਜੀ ਕੀ ਹਾਲ ਆ ਹਾਂ ਬਾਈ ਕੋਈ ਕੰਮ ਹੈ ਹਾਂ ਬਾਈ ਸਮਾਨ ਲੈਣਾ ਹੈ ਜੀ ਕਿੰਨਾ ਮਾਲ ਚਾਹੀਦਾ ਹੈ 5 ਲੀਟਰ ਦੇ ਦੇ 5 ਲੀਟਰ 5 ਲੀਟਰ ਭਾਜੀ ਤੋੜਦੀ ਹੈ ਪਹਿਲੇ ਤੋੜਦੀ ਹੈ ਅੱਗ ਲੱਗਦੀ ਹੈ ਅੱਗ ਪੈਸੇ ਤਾਂ ਦੇ ਦੇ ਲੈ ਬਈ ਗਿਣ ਲਈ ਠੀਕ ਹੈ ਚੰਗਾ ਫਿਰ ਚੰਗਾ ਬਾਈ ਚੰਗਾ ਚੰਗਾ ਆਏ ਬਣ ਗਈ ਦੀਵਾਲੀ ਅੱਜ ਲੱਗਦਾ ਦਿਹਾੜੀ ਬਣਦੀ ਨਹੀਂ ਹੈ ਉਰੀ ਸਾਰਾ ਦਿਨ ਇੱਟਾਂ ਨਾਲ ਮੱਥਾ ਮਾਰਨਾ ਪਊ ਬਾਈ ਜੀ ਹਾਂ ਬਾਈ ਕੰਮ ਤੀ ਕੋਈ ਬਾਈ ਜੀ ਕੰਮ ਤੀ ਬਾਈ ਮਾਲ ਚਾਹੀਦਾ ਤੀ ਮਾਲ ਓਏ ਸੁੱਕਾ ਚਾਹੀਦਾ ਕਿ ਗਿੱਲਾ ਮੈਂ ਤੈਨੂੰ ਗਿੱਲੇ ਵਾਲਾ ਦੇਣਾ ਬਾਈ ਜੀ ਸੁੱਕਾ ਚਾਹੀਦਾ ਸੁੱਕਾ ਹਾਂ ਇਹ ਵੀ ਗੱਲ ਤੇਰੀ ਠੀਕ ਹੈ ਉਰੀ ਖੜ ਮੈਂ ਲਿਆਉਣਾ ਪਿਓਰ ਹੈ ਬਿਲਕੁਲ ਸੁੱਕਾ ਹੈ ਹਾਂ ਬਾਈ ਕਿੰਨੇ ਪੈਸਿਆਂ ਦਾ 1000 ਦਾ ਹੈ ਕਦੇ ਬਾਅਦ ਚ ਕਹਦੇ ਬਨੌਟੀ ਦੇ ਤੇ ਨਾ ਠੀਕ ਹੈ ਬਾਈ ਗਿਣ ਲਾ ਬਾਈ ਗਿਣ ਲਾ ਪੂਰੇ ਨੇ
ਨਾ ਹੁਣ ਇੱਥੇ ਮੱਥਾ ਮਾਰਨ ਦੀ ਕੀ ਲੋੜ ਹੈ, ਦਿਹਾੜੀ ਤਾਂ ਬਣ ਗਈ। ਲੱਗਦਾ ਲੋਹੜੀ ਐਤਕੀ ਸੁੱਕੀ ਹੋ ਲੰਘੂਗੀ। ਠੀਕ ਹੈ ਜੀ, ਆ ਲੈ ਓਏ, ਲਿਆਓ ਜੀ ਲਿਆਓ ਜੀ, ਲੈ ਤੂੰ ਵੀ ਲੈ ਓਏ। ਲੱਗਦਾ ਕੋਈ ਆਇਆ ਹੈ। ਬਾਈ ਜੀ ਮਾਲ ਚਾਹੀਦਾ ਜੀ। ਹਾਂ ਬਾਈ ਜੀ। ਪੈਸੇ ਤੇਰੇ ਕੋਲ ਕਿੱਥੋਂ ਆ ਗਏ? ਬਾਈ ਜੀ ਗੈਸ ਵਾਲੀ ਟੋਲੀ ਵੇਚੀ ਤੀ ਘਰ ਵਾਲੀ ਵਾਲੀ ਚੋਰੀਓ। ਅੱਛਾ ਲਿਆ ਦੇ ਪੈਸੇ। ਲੈ ਵੀ ਮੱਖਣੋਂ ਬਣ ਗਈ ਲੋਹੜੀ। ਹਾਂਜੀ ਆ ਲੈ ਓਏ, ਲਿਆਓ ਜੀ ਜੈ ਹੋ, ਆ ਲੈ ਓਏ। ਬਾਈ ਮੇਰੀ ਇੰਟਰਵਿਊ ਦੀ ਚਿੱਠੀ ਆ ਗਈ। ਕਿਹੜੀ ਆ ਗਈ ਤੇਰੀ ਚਿੱਠੀ? ਕਿਹੜੀ ਇੰਟਰਵਿਊ ਦੀ ਤੇਰੀ ਚਿੱਠੀ ਆ ਗਈ? ਤੈਨੂੰ ਨੌਕਰੀ ਮਿਲਦੀ ਹੈ? ਇਹ ਬੰਦੇ ਨੂੰ ਤਾਂ ਨਾ ਮੇਰੀਆਂ ਗੱਲਾਂ ਤੇ ਜਮੀ ਭਰੋਸਾ ਨਹੀਂ ਹੈਗਾ। ਚੱਲ ਕੋਈ ਨੀ, ਤੇਰਾ ਬੜਾ ਭਾਈ ਤੇਰਾ ਬੜਾ ਭਾਈ ਹੈ, ਚੱਕ ਦੇ ਫੱਟੇ। ਮੇਰਾ ਕਲਾਸ ਫੈਲੋ ਨਿਰਮਲ ਸਿੰਘ ਤਾਂ ਬੈਠਾ। ਹੋਰ ਵੀਰ ਜੀ ਠੀਕ ਹੋ? ਵਧੀਆ ਠੀਕ ਠਾਕ। ਆ ਵੀ ਮਲਕੀਤ ਸਿੰਘ ਕੀ ਹਾਲ ਚਾਲ ਹੈ? ਠੀਕ ਠਾਕ ਜੀ ਵਧੀਆ। ਹਾਂ ਬੈਠ। ਹਾਂ ਮਲਕੀਤ ਸਿੰਘ, ਕੋਈ ਕੰਮ ਆਇਆ ਸੀ? ਉਹ ਐਂ ਤੀਗਾ ਜੀ, ਮੇਰੀ ਇੰਟਰਵਿਊ ਦੀ ਚਿੱਠੀ ਆਈ ਤੀਗੀ, ਮੈਨੂੰ 2000 ਦੀ ਬਹੁਤ ਲੋੜ ਤੀ ਜੀ, ਤੁਸੀਂ ਮੈਥੋਂ ਵਿਆਹ ਸਮੇਤ ਲੈ ਲਿਓ। ਹਾਂ ਹਾਂ, ਕਿਹੋ ਜਿਹੀ ਗੱਲ ਕਰਤੀ ਮਲਕੀਤ ਸਿੰਘ, ਤੂੰ ਫਿਰ ਵੀ ਮੇਰਾ ਕਲਾਸ ਫੈਲੋ ਯਾਰ। 2000 ਛੱਡ, ਚਾਹੇ 10000 ਲੈ ਜਾ, ਤੇਰੀ ਇਮਾਨਦਾਰੀ ਨੂੰ ਕੌਣ ਨਹੀਂ ਜਾਣਦਾ। ਤੇਰੀ ਇਮਾਨਦਾਰੀ ਨੂੰ ਕੌਣ ਨਹੀਂ ਜਾਣਦਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਕੋਈ ਨਹੀਂ ਕੋਈ ਨਹੀਂ ਯਾਰ। ਹਾਂ ਕਿਵੇਂ ਪਿਆ ਲੰਮੀਆਂ ਤਾਣੀ, ਹੈਂ ਖਾ ਕੇ 35 ਰੋਟੀਆਂ, ਹੈਂ ਆ ਟੋਕਾ ਬੁੜਾ ਕਰੂਗਾ ਤੇਰਾ, ਆ ਟੋਕਾ ਬੁੜਾ ਕਰੂਗਾ ਤੇਰਾ। ਕਰਦਾ ਕਰਦਾ ਲਾਈਆ ਚੱਲ, ਚੰਗੇ ਭਲੇ ਛੁੱਤੇ ਪਏ ਨੇ, 40-40 ਨੀਂਦ ਖਰਾਬ ਕਰਕੇ ਰੱਖਦੀ। ਚੱਲ ਫਟਾਫਟ ਟੋਕਾ ਕਰ। ਉਹ ਕਹਤਾ ਨਹੀਂ ਯਾਰ, ਕੋਈ ਨਾ ਪੁੱਤ, ਤੇ ਤਾਂ ਗਿਣ ਗਿਣੇ ਬਦਲੇ ਲਊ। ਗੱਲ ਸੁਣੋ ਮੱਖਣੋ, ਉਰੇ ਆਓ। ਹਾਂਜੀ ਅੱਛਾ ਜੀ, ਮੇਰੀ ਗੱਲ ਧਿਆਨ ਨਾਲ ਸੁਣ ਲੋ। ਹਾਂਜੀ, ਮੈਤੋਂ ਕੱਲ ਤੇ ਪਰਸੋਂ ਮਾਲ ਮਾੜਾ ਦਿੱਤਾ ਗਿਆ। ਅੱਛਾ ਜੀ, ਉਹ ਲਾਂਬਾ ਦੇਣ ਜ਼ਰੂਰ ਆਉਣਗੇ। ਅੱਛਾ ਜੀ, ਨਾਲੇ ਤੁਸੀਂ ਤਿਆਰ ਰਹੋ, ਨਾਲੇ ਢੋਲਕੀਆਂ ਤਿਆਰ ਰੱਖੋ, ਹੁਣ ਆਪਾਂ ਢੋਲਕੀਆਂ ਖੜਕਾਉਣੀਆਂ ਨੇ। ਢੋਲਕੀ ਠੀਕ ਹੈ ਜੀ। ਹਾਂਜੀ ਉਹ ਮੱਖਣੋ, ਮੇਰੀ ਗੱਲ ਸੁਣ ਲੋ। ਹਾਂਜੀ, ਅੱਜ ਹੋਰ ਤਾਂ ਨਹੀਂ ਕੋਈ ਆਇਆ? ਨਾ, ਮੈਂ ਅੰਦਰ ਆਰਾਮ ਕਰ ਰਿਹਾ, ਜੋ ਕੋਈ ਆਇਆ ਦੱਸ ਦਿਓ। ਮੈਂ ਅੰਦਰ ਆਰਾਮ ਕਰ ਰਿਹਾ, ਠੀਕ ਹੈ ਅੰਦਰ ਜੀ। ਆਓ ਆ ਗਿਆ। ਚੱਲਾ ਕਿੱਥੇ ਆ? ਅੰਦਰ ਆ ਅੰਦਰ। ਕੀ ਹੈ? ਓ ਬਈ ਮਾਲ ਮਾੜਾ ਦੇ ਦਿੱਤਾ ਤੈਂ।
ਤੈਨੂੰ ਕੌਣ ਕਹਿੰਦਾ ਹੈ? ਅੰਦਰ ਚੱਲ ਚੱਲ ਅੰਦਰ, ਅੱਜ ਤੈਨੂੰ ਪਿਓਰ ਦਿੰਦਾ। ਉਹ ਮੱਖਣੋ ਪਜਾਓ ਢੋਲਕੀ ਅੱਜ ਫਿਰ। ਉਹ ਬਾਈ ਮੈਂ ਕੁਛ ਨਹੀਂ ਕਹਿੰਦਾ ਤੀਆ, ਮੈਂ ਤਾਂ ਕਹਿੰਦਾ ਤੀ ਬਾਈ ਜੇਲੇ ਦਾ ਮਾਲ ਬਹੁਤ ਵਧੀਆ ਬਹੁਤ ਵਧੀਆ। ਹਾਏ ਹਾਏ ਮਾਰ ਓਏ, ਹਾਏ ਹਾਏ ਓਏ ਸਾ, ਹਾਏ ਦੱਸ, ਹਾਏ 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 ਦੱਸ ਦੱਸ ਅੱਗੇ ਨੂੰ ਕਹੇਗਾ ਮਾਲ ਮਾੜਾ ਨਾ ਬਾਈ ਓਏ। ਮੱਖਣੋ ਬੰਦ ਕਰੋ ਢੋਲਕੀਆਂ। ਲੈ ਫਿਰ ਹੁਣ ਬਜਾਓ ਢੋਲਕੀਆਂ, ਕਰੋ ਢੋਲਕੀਆਂ। ਲੈ ਮੈਂ ਹੁਣ ਕੰਮ ਜਾ ਰਿਹਾ, ਤੁਸੀਂ ਵੀ ਆਰਾਮ ਕਰੋ। ਠੀਕ ਹੈ, ਚਲੋ ਚੱਲ ਅੰਦਰ ਚੱਲ, ਨਾਲੇ ਮਾਲ ਦਿੰਦਾ ਨਾਲੇ ਥੋੜਾ ਜਿਹਾ ਗੁੜ ਦਿੰਦਾ ਮਿੱਠਾ। ਉਹ ਮੱਖਣੋ ਬਜਾਓ ਢੋਲਕੀਆਂ, ਮੈਨੂੰ ਮਰ ਜਾ ਮਿੱਠਾ ਗੁੜ ਖਵਾ ਦਾ। ਠੀਕ ਹੈ ਜੀ। ਮਾਲ ਮਾੜਾ ਘਰੇ ਬਣਾਈ ਦਾ, ਬਾਹਰੋਂ ਬਣਾਈਦਾ। ਚੱਲਿਆ ਤੂੰ ਚੰਗਾ ਨੀ ਕੀਤਾ, ਅੱਜ ਨੀ ਛੱਡਦਾ ਡੇਢ ਪੁੱਟੀਏ ਨੂੰ। ਤੇਰੇ ਬਾਪ ਨੇ ਬਹੁਤ ਮਾਰੀਆ ਮੇਰੇ, ਅੱਜ ਨੀ ਛੱਡਦਾ ਤੈਨੂੰ। ਆ ਜਾ ਫਿਰ ਘਰ ਕੋਲੇ ਆ ਕੇ ਵੱਡਾ ਸ਼ੇਰ ਬਣਨਾ, ਦੇਖੂ ਫਿਰ। ਛੋਟੇ ਭਾਈ ਚਾਹ ਪਾਣੀ ਜੋਗੇ ਭਾਂਡੇ ਮਾਂਜ ਲੈ। ਠੀਕ ਆ ਜੀ ਠੀਕ ਆ। ਬਿੱਲੂ ਪੁੱਤ ਕੀ ਗੱਲ ਹੋ ਗਈ, ਬੜਾ ਦਮ ਚੜਾਈ ਆਉਣਾ ਹੈ। ਮੇਰੇ ਤਾਂ ਉਹ ਫੰਨੇ ਖਾ ਹੱਥ ਧੋ ਕੇ ਮਗਰ ਪੈ ਗਿਆ ਸੀ। ਉਹ ਮੂਰਖਾ ਤੈਨੂੰ ਕਿੰਨੀ ਗੱਲ ਸਮਝਾਇਆ, ਜਦ ਫੰਨੇ ਖਾ ਹੱਥ ਧੋਣ ਗਿਆ ਸੀ ਤੈਨੇ ਉਦੋਂ ਭੱਜਣਾ ਸੀ। ਕਹਾਵਤ ਉੱਥੇ ਕੀ ਕਰਨ ਆਈ ਸੀ, ਤਾਂ ਹੀ ਪੰਗੇ ਪਏ ਨੇ। ਕਹਾਵਤ ਉੱਥੇ ਕੀ ਕਰਦੀ ਸੀ? ਓਏ ਮੇਰੇ ਰੱਬਾ। ਉਹ ਪੁੱਤ ਬਿੱਲੂ ਉੱਤੇ ਮੂੰਹ ਚੱਕ ਕੇ ਕਿਉਂ ਰੋਨਾ ਹੈ? ਓਏ ਰੋਨਾ ਤਾਂ ਮੈਂ ਉਹਨਾਂ ਨੂੰ ਹੈ, ਮੇਰੇ ਨਾਨਕਿਆਂ ਨੂੰ ਜਿਹੜੇ ਤੈਨੂੰ ਕੁੜੀ ਦੇ ਗਏ। ਹਾਏ ਓਏ ਮੇਰੇ ਰੱਬਾ, ਜੇ ਕਿਤੇ ਤੂੰ ਮੇਰੀ ਤੇ ਮੇਰੀ ਮਾਂ ਦੀ ਸੁਣਦਾ ਹੁੰਦਾ ਉਹ ਫੇਰ ਕੀ ਹੋ ਜਾਂਦਾ? ਉੱਚੀ ਬਰਸੀ ਹੁੰਦੀ। ਤੈਨੂੰ ਤਾਂ ਇਹਦਾ ਪਤੀ ਆ, ਤੂੰ ਖੜਾ ਹੋ ਡੰਗਰਾਂ ਨੂੰ ਕੱਖ ਪਾ। ਗੱਲ ਸੁਣ ਓਏ। ਹਾਂ ਬਾਈ। ਤੈਂ ਮੇਰੇ ਮੁੰਡੇ ਨੂੰ ਘੇਰਿਆ ਸੀ? ਨਾ ਬਾਈ ਨਾ। ਗੱਲ ਸੁਣ, ਸਾਡੇ ਇਲਾਕੇ ਚ ਨਹੀਂ ਆਉਣਾ ਚਾਹੀਦਾ। ਨਾ ਬਾਈ ਜੀ, ਮੈਂ ਤਾਂ ਤੁਹਾਡੇ ਪਿੰਡ ਚ ਵੀ ਨਹੀਂ ਆਉਂਦਾ। ਚੱਲ ਤੂੰ ਜਾ ਜੇ ਤੈਨੂੰ ਛੱਡਿਆ, ਠੀਕ ਹੈ? ਬਾਈ ਜੈਲਾ ਕਰੀਆਂ, ਜੈਲਾ ਕਰੀਆਂ, ਉਹਨੇ ਕੀ ਖੁੱਚ ਜਾਣਾ? ਗੱਲ ਮਾੜਾ ਦਿੱਤਾ ਉਹਨੇ, ਅੱਜ ਮਾਲ ਵਧੀਆ ਦੇ ਰਹੇਗਾ, ਛੇਤੀ ਜਾ ਛੇਤੀ ਆ, ਦੋ ਚਾਹ ਨਾਲ ਪਕੌੜੇ। ਓ ਮੁੰਡਿਓ, ਜੈਲਾ ਕਿੱਥੇ ਆ? ਆਓ ਆ ਗਿਆ, ਅੰਦਰ ਹੈ ਅੰਦਰ, ਤੈਨੂੰ ਹੈ ਠੀਕ ਨਾ? ਹਾਂ ਬਾਈ, ਕੀ ਕੰਮ ਹੈ? ਹਾਲ ਮਾੜਾ ਦਿੱਤਾ। ਅੱਛਾ, ਤੂੰ ਚੱਲ ਅੰਦਰ, ਅੱਜ ਤੈਨੂੰ ਪਿਓਰ ਦਿੰਦਾ। ਦਿਓ ਜੀ ਦਿਓ, ਹੁਣ ਇਹੋ ਜਿਹਾ ਮਾਲ ਦਿਉਂ, ਯਾਦ ਰੱਖੂ ਯਾਦ। ਹੋ ਮੱਖਣੋ ਵਜਾਓ ਢੋਲਕੀਆਂ ਫਿਰ। ਠੀਕ ਹੈ ਜੀ। ਵੀ ਮਾਲ ਮਾੜਾ ਮੇਰੇ ਗਾਹਕ ਵਿਗਾੜਦਾ ਤੂੰ ਏ? ਜੈਲਿਆ ਉਹ ਬਾਈ, ਉਹ ਬਾਈ ਜੈਲਿਆ, ਨਾਲੇ ਮਾਲ ਮਾੜਾ ਦੇਤਾ ਨਾਲੇ ਕੁੱਟਦਾ ਗਾ। ਲੋਕਾਂ ਲਵੇ ਕੀ ਕਹਿੰਦੀ, ਮਾਲ ਮਾੜਾ ਵੇਚਦਾ? ਉਹ ਬਾਈ ਉਹ ਬਾਈ, ਡੰਡਾ ਨਾ ਮਾਰੀ, ਡੰਡਾ ਨਾ ਮਾਰਾਂ, ਡੰਡਾ ਨਾ ਮਾਰਾਂ। ਉਹ ਸੜਦੇ ਜੈਲਿਆ ਬਾਈ।
ਨਾਲੇ ਕੁੱਟ ਖਾ ਕੇ ਜਾਂਦੇ ਨੇ, ਨਾਲੇ ਪੈਸੇ ਦੇ ਕੇ ਜਾਂਦੇ ਨੇ। ਜੇ ਇਹੋ ਜਿਹੀ ਕਮਾਈ ਰੋਜ਼ ਰੋਜ਼ ਹੋਵੇ। ਹੋ ਮੱਖਣੋ ਬੰਦ ਕਰੋ ਢੋਲਕੀਆਂ। ਹਾਂਜੀ ਠੀਕ ਹੈ ਜੀ। ਲੈਫਰ ਹੁਣ ਐ ਕਰੋ ਸੇਰੋ, ਮੱਖਣੋ ਵਜਾਓ ਢੋਲਕੀਆਂ। ਹਾਂਜੀ ਹਾਂਜੀ। ਨਾ ਕੀ ਕਹਿੰਦਾ ਤੀ, ਕੀ ਕਹਿੰਦਾ ਤੀ, ਕੀ ਕਹਿੰਦਾ ਤੀ ਓਏ, ਮੇਰੇ ਖਿਲਾਫ ਥਾਣੇ ਜਾਏਗਾ। ਹਾਏ ਬਾਈ ਓਏ, ਹਾਏ ਬਾਈ ਓਏ, ਮਾਫ ਨਾ, ਹਾਏ ਬਾਈ ਜਾਨ, ਮਾਫ ਕਰ ਦੇ ਬਾਈ ਓਏ। ਨਾ ਮੇਰੇ ਖਿਲਾਫ ਥਾਣੇ ਜਾਏਗਾ। ਨਹੀਂ ਬਾਈ ਓਏ, ਹਾਏ ਬਾਈ ਓਏ, ਬਾਈ ਓਏ ਮਾਰ ਦੇ ਓਏ। ਜੇ ਕੋਈ ਮਾਲ ਲੈਣ ਆਇਆ ਉਹਨੂੰ ਕਹਿ ਦੀ ਮਾਲ ਮੁੱਕਿਆ ਹੋਇਆ, ਕੱਲ ਨੂੰ ਮਾਲ 12 ਵਜੇ ਆਊ, ਠੀਕ ਹੈ? ਠੀਕ ਹੈ ਜੀ। ਮਾਲ ਤਾਂ ਤੇਰਾ ਮੈਂ ਵਿਕਾਉ। ਕੀ ਕਹਾਂਗੇ? ਅਸਲਾਈ ਕਹਿ ਦੂੰ, ਅਸੀਂ ਕਹਿ ਦੂੰ, ਅਸੀਂ ਜਾਓ ਹੀ ਜਾਓ ਜੀ। ਹੈਲੋ, ਬੋਲਾ ਬੋਲਾ ਜੀ। ਬੋਲਾ ਸਿੰਘ, ਤੁਹਾਨੂੰ 12 ਵਜੇ ਆਊ ਜੀ ਮਾਲ। ਅੱਛਾ, ਭੁੱਕੀ ਦੀ ਗੱਡੀ ਭਰ ਕੇ ਲੈ ਕੇ ਆ ਰਿਹਾ ਜੀ ਕੱਲ। ਭੁੱਕੀ ਦੀ ਗੱਡੀ ਭਰ ਕੇ ਆਪਣੇ ਘਰ ਲੈ ਕੇ ਆ ਰਿਹਾ। ਹਾਂਜੀ ਹਾਂ, ਹਾਂਜੀ ਹਾਂ, ਠੀਕ ਹੈ ਠੀਕ ਹੈ। ਮੈਂ ਆਪਣੀ ਫੋਰਸ ਤਿਆਰ ਰੱਖੂੰਗਾ, ਉਹਦਾ ਪਿੱਛਾ ਰੱਖਣਾ ਪੂਰਾ, ਠੀਕ ਹੈ ਨਾ ਗੱਲ ਜੀ? ਹਾਂ ਠੀਕ ਹੈ ਠੀਕ ਹੈ, ਮੇਰੀ ਫੋਰਸ ਤਿਆਰ ਹੋਊਗੀ। ਓਕੇ ਓਕੇ, ਹੱਥੀਂ ਫੜਨਾ ਸਾਹਿਬ ਜੀ। ਠੀਕ ਹੈ ਠੀਕ ਹੈ, ਬਸ ਕੱਲ ਰੰਗੇ ਹੱਥੀ ਉਹ ਫੜਾਂਗੇ। ਠੀਕ ਹੈ ਜੀ, ਓਕੇ। ਸੰਤਰੀ ਜੀ ਸਰ, ASI ਭੁਪਿੰਦਰ ਸਿੰਘ ਨੂੰ ਮੇਰੇ ਕੋਲ ਭੇਜੋ। ਓਕੇ ਸਰ। ਜਨਾਬ ਕਿਵੇਂ ਯਾਦ ਕੀਤੇ? ਬੈਠੋ ਭੁਪਿੰਦਰ ਸਿੰਘ, ਮੈਂ ਤੁਹਾਨੂੰ ਦੱਸਦਾ। ਭੁਪਿੰਦਰ ਸਿੰਘ, ਮੈਂ ਤੁਹਾਡੀ ਡਿਊਟੀ ਜੈਲੇ ਸਮਗਲਰ ਨੂੰ ਨਸ਼ੇ ਦੇ ਸਮੇਤ ਫੜਨ ਵਾਸਤੇ ਲਾਈ ਹੈ। ਠੀਕ ਹੈ ਸਰ। ਜਿੰਨੇ ਮੁਲਾਜ਼ਮਾਂ ਦੀ ਲੋੜ ਹੈ ਮੁਨਸ਼ੀ ਕੋਲੋਂ ਜਾ ਕੇ ਮੁਲਾਜ਼ਮ ਲੈ ਲਓ। ਅੱਜ ਠੀਕ 12 ਵਜੇ ਜੈਲਾ ਸਮਗਲਰ ਭੁੱਕੀ ਦੀ ਗੱਡੀ ਲੈ ਕੇ ਆ ਰਿਹਾ ਆਪਣੇ ਘਰ। ਠੀਕ ਹੈ ਸਰ। ਅਤੇ ਇਹ ਕੰਮ ਤੈਨੂੰ ਹੀ ਕਰਨਾ ਪੈਣਾ। ਜੇ ਬਾਈ ਦੀ ਵੇ ਉੱਥੇ ਕੋਈ ਤੈਨੂੰ ਦਿੱਕਤ ਆਉਂਦੀ ਹੈ ਤਾਂ ਮੈਨੂੰ ਫੋਨ ਕਰਿਓ, ਮੈਂ ਮੁਲਾਜ਼ਮਾਂ ਸਮੇਤ ਉੱਥੇ ਪਹੁੰਚ ਜਾਵਾਂਗਾ। ਠੀਕ ਹੈ ਸਰ, ਟੈਨਸ਼ਨ ਨਾ ਲਓ। ਜੈਲਿਆ ਕੀ ਕਰ ਰਿਹਾ? ਓਏ ਆ ਜਾ ਆ ਜਾ, ਦਾਰੂ ਚ ਪਾਣੀ ਮਿਲਾ ਰਿਹਾ। ਮਿਲਿਆ ਮਿਲਿਆ ਜੈਲਿਆ, ਤੇਰੇ ਪਾਪਾ ਦਾ ਘੜਾ ਭਰ ਗਿਆ, ਮੇਰੇ ਨਾਲ ਧੋਖਾ ਹੋ ਗਿਆ। ਭੁੱਲਾ ਸਿੰਘ, ਭੁੱਕ ਦੀ ਗੱਡੀ ਲੈ ਕੇ ਚੱਲ। ਸਰ, ਇਹ ਹੈ ਜੈਲਾ ਸਮਗਲਰ, ਇਹ ਦੋਨੋਂ ਭੁੱਕੀ ਦੀ ਗੱਡੀ ਸਮੇਤ ਕਾਬੂ ਕੀਤੇ ਨੇ। ਇਹਨਾਂ ਦੇ ਸਰ 4 ਸਾਥੀ ਉੱਥੋਂ ਭੱਜਣ 'ਚ ਸਫਲ ਹੋ ਗਏ। ਜਿਨ੍ਹਾਂ ਦਾ ਮੈਂ ਨਾਮ 'ਤੇ ਪਤਾ ਲਿਖ ਲਿਆਂਦਾ, ਉਹਨਾਂ ਨੂੰ ਬਹੁਤ ਜਲਦੀ ਫੜੂੰਗਾ। ਅੱਛਾ, ਤੂੰ ਹੈ ਜੈਲਾ ਸਮਗਲਰ? ਹਾਂ ਮੈਂ ਹਾਂ ਜੀ। ਤੇਰੀ ਯੋਗਤ ਕਿੱਦਾਂ ਹੋਈ ਹੈ ਮੇਰੇ ਇਲਾਕੇ 'ਚ ਨਸ਼ਾ ਵੇਚਣ ਦੀ? ਮਾੜਾ ਮਾੜਾ ਮੋਟਾ, ਮਾੜਾ ਮੋਟਾ ਜੀ। ਦੇਖ ਲਓ ਸਰ, ਨਾਲੇ ਮਾੜਾ ਵੇਚਦਾ ਸੀ, ਨਾਲੇ ਮੋਟਾ ਵੇਚਦਾ ਸੀ। ਆਹ ਇਹਦਾ ਸਾਥੀ ਹੈ ਜਿਹੜਾ ਬਾਹਰ ਢੋਲਕੀਆਂ ਵਜਾਉਂਦਾ ਸੀ। ਕਿਉਂ ਇਹ ਸਹੀ ਕਹਿੰਦਾ, ਤੂੰ ਢੋਲਕੀਆਂ ਵਜਾਉਂਦਾ ਸੀ? ਹਾਂਜੀ ਹਾਂਜੀ, ਨਾਲੇ ਮੈਨੂੰ ਮਾਲ ਖਵਾਉਂਦਾ ਸੀ, ਨਾਲੇ ਮੇਰੇ ਤੋਂ ਭਾਂਡੇ ਵਜਵਾਉਂਦਾ ਸੀ, ਨਾਲੇ ਸਾਰਾ ਕੰਮ ਕਰਵਾਉਂਦਾ ਸੀ ਜੀ, ਮੇਰਾ ਕੋਈ ਕਸੂਰ ਨਹੀਂ ਹੈਗਾ ਜੀ। ਚਲੋ ਚਲੋ, ਮਾਫ ਕਰ ਦੋ ਜਨਾਬ, ਮਾਫ ਕਰ ਦੋ ਜਨਾਬ। ਢੋਲਕੀਆਂ ਵਜਾਉਂਦਾ ਸੀ, ਹੋਰ ਢੋਲਕੀਆਂ ਵਜਾਉਂਦੇ ਤੇ ਨਾਨਕੇ ਆਇਆ ਤੀ, ਨਾਨਕੇ ਆਇਆ ਤੀ, ਨਾਨਕੇ ਆਇਆ ਮਾਰਾ ਖਿੱਚੋ ਖਿੱਚੋ। ਦੱਸ ਤੂੰ ਕਿੱਥੋਂ ਕਿੱਥੋਂ ਲਿਆਉਂਦਾ? ਹੈਂ,
ਤਾਂ ਚਮੜੀ ਦੇਣ ਕੇ ਛੱਡੂ ਟਾਲੇਦਾਰ। ਫੇਰ ਦੇਖੂੰਗਾ ਮੈਂ, ਮੈਂ ਚਾਹ ਪੀਵਾਂ, ਫੇਰ ਆ ਕੇ ਦੇਖੂ ਤੁਹਾਨੂੰ। ਮੇਰੀ ਗੱਲ ਸੁਣ ਚੱਲਿਆ, ਤੈਨੂੰ ਅਸੀਂ ਜੇਲ ਭੇਜਣ ਲੱਗੇ ਆ, ਜਾਣਦਾ ਨਾ ਤੂੰ, ਉੱਥੇ ਜਾ ਕੇ ਆਪਣੇ ਗੁਨਾਹਾਂ ਦੀ ਸਜ਼ਾ ਭੁਗਤੀ। ਭੁੱਲਿਆ ਸਰ, ਲੈ ਜਾ ਇਹਨੂੰ। ਠੀਕ ਹੈ ਸਰ, ਚੱਲ ਓਏ, ਤੇਰੀ ਮੈਂ ਮਨਾਉਣਾ ਦੀਵਾਲੀ। ਬਾਈ ਓਏ, ਕੀ ਸੋਚਾਂ 'ਚ ਪੈ ਗਿਆ, ਰੋਟੀ ਖਾ। ਜੇ ਮੇਰਾ ਭਾਈ ਗਲਤ ਨਾ ਹੁੰਦਾ, ਮੈਨੂੰ ਢਾਬੇ 'ਤੇ ਰੋਟੀਆਂ ਨਾ ਖਾਣੀਆਂ ਪੈਂਦੀਆਂ, ਗੱਲ ਠੀਕ ਆ ਨਾ ਬਾਈ? ਉਹ ਆਪਣੇ ਗੁਨਾਹਾਂ ਦੀ ਸਜ਼ਾ ਆਪੇ ਭੁਗਤੇਗਾ ਯਾਰ, ਤੂੰ ਰੋਟੀ ਖਾ। ਹਾਂ ਵੀਰੇ, ਠੀਕ ਹੈ। ਕੀ ਉਹਦੀ ਮਰਜ਼ੀ? ਹਾਂ ਵੀਰੇ, ਹਾਂ ਹਾਂ ਠੀਕ ਹੈ। ਕਿੰਨਾ ਬਿੱਲ ਬਣਿਆ ਬਾਈ? 285 ਰੁਪਈਆ ਦੇ ਦਿਓ ਵੀਰੇ, 285। ਬਾਕੀ ਆਪਣਾ ਬਕਾਇਆ ਲਓ। ਸਰ ਗੁੱਡ ਮਾਰਨਿੰਗ। ਗੁੱਡ ਮਾਰਨਿੰਗ, ਹੋਰ ਕੀ ਹਾਲ ਹੈ? ਹਾਂਜੀ ਹਾਂ, ਇਨਵਾਈਟ ਕਰਨ ਆਏ ਸੀ ਜੀ, ਖੂਨਦਾਨ ਕੈਂਪ ਲਗਾ ਰਹੇ ਹਾਂ ਆਪਾਂ ਜੀ 25 ਤਰੀਕ ਨੂੰ ਆਪਣੇ ਪਿੰਡ ਜੀ। ਠੀਕ ਹੈ, ਤੁਸੀਂ ਬਹੁਤ ਇਹ ਕੰਮ ਕਰ ਰਹੇ ਹੋ, ਤੁਸੀਂ ਵੀ ਉਸੇ ਪਿੰਡ ਦੇ ਹੋ, ਇਸੇ ਕੰਮਾਂ ਨਾਲ ਪਿੰਡ ਦੀ ਤਰੱਕੀ ਹੁੰਦੀ ਹੈ। ਹਾਂਜੀ, ਜੋ ਸੇਵਾ ਹੋਏਗੀ ਮੈਂ ਕਰਾਂਗਾ, ਸਰਕਾਰ ਦੀ ਤਰਫੋਂ ਮੈਂ ਸਭ ਕੁਝ ਕਰਾਵਾਂਗਾ, ਪਹੁੰਚੂਗਾ ਬਾਈ, ਜ਼ਰੂਰ ਪਹੁੰਚੂਗਾ। ਤਰੀਕ ਕਿਹੜੀ ਹੈ ਭਾਈ? ਠੀਕ ਹੈ ਜੀ, 25 ਤਰੀਕ ਹੈ। ਕਿੰਨੇ ਵਜੇ ਦਾ ਪ੍ਰੋਗਰਾਮ ਹੈ? ਤਕਰੀਬਨ 10 ਕੁ ਵਜੇ ਦਾ ਪ੍ਰੋਗਰਾਮ ਹੈ ਜੀ। ਕੋਈ ਨਹੀਂ ਵੀ, ਮੈਂ ਜ਼ਰੂਰ ਆਊਂਗਾ। ਪੂਰੀ ਟੀਮ ਆਪਣੀ ਖੂਨਦਾਨ ਕਰ ਰਹੀ ਹੈ ਜੀ, ਬਹੁਤ ਵਧੀਆ ਪ੍ਰੋਗਰਾਮ ਆ, ਅਤੇ ਤੁਸੀਂ ਜੀ 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 ਪਹੁੰਚਣਾ। ਚੱਲ ਆਓਗੇ? ਬਸ ਥੈਂਕ ਯੂ, ਮਿਹਰਬਾਨੀ ਜੀ। ਠੀਕ ਹੈ, ਠੀਕ ਹੈ, ਗੋਡ ਬਲੈਸ। ਆਈ ਐਮ ਕਮਿੰਗ ਮੈਡਮ। ਹਾਂਜੀ ਹਾਂਜੀ, ਭੋਲਾ ਸਿੰਘ ਜੀ ਆ ਜਾਓ। ਹੋਰ ਮੈਡਮ ਠੀਕ ਠਾਕ ਜੀ? ਹਾਂਜੀ ਵਧੀਆ। ਦੀਵਾਲੀ ਮੁਬਾਰਕ ਮੈਡਮ ਤੁਹਾਨੂੰ। ਤੁਹਾਨੂੰ ਵੀ ਜੀ, ਤੁਹਾਨੂੰ ਵੀ। ਤੂੰ ਵੀ। ਇੱਕ ਮਿੰਟ ਆ ਲਓ ਜੀ, ਦੀਵਾਲੀ ਦੀਆਂ ਮੁਬਾਰਕਾਂ। ਥੈਂਕ ਯੂ ਮੈਡਮ। ਭੋਲਾ ਸਿੰਘ ਆ ਲਓ ਦੀਵਾਲੀ। ਥੈਂਕ ਯੂ ਸਰ, ਥੈਂਕ ਯੂ ਸੋ ਮਚ ਸਰ। ਸਰ ਮੈਂ ਜਾ ਸਕਦਾ ਜੀ? ਓਕੇ ਸਰ। ਪਰਮਿੰਦਰ, ਆਪਾਂ ਬਾਈ ਜੀ ਨੂੰ ਮਿਲਣ ਵਾਸਤੇ ਜਾਣਾ ਸੀਗਾ ਪਿੰਡ, ਤੁਹਾਡੇ ਕੋਲ ਹੈਗਾ ਟਾਈਮ? ਨਹੀਂ ਨਹੀਂ, ਮੈਂ ਤਾਂ ਨਹੀਂ ਜਾ ਸਕਦੀ, ਅੱਜ ਕੱਲ੍ਹ ਜਿਹੜੀ ਇਲੈਕਸ਼ਨ ਹੋ ਰਹੀ ਹੈ ਉਹਦੇ ਕਰਕੇ ਬਹੁਤ ਤੋੜ ਭੱਜ ਆ। ਕੋਈ ਗੱਲ, ਅੱਛਾ ਅੱਛਾ ਠੀਕ ਆ, ਕੋਈ ਗੱਲ ਨਹੀਂ, ਤੁਸੀਂ ਡਿਊਟੀ ਕਰੋ, ਪਿੰਡ ਮੈਂ ਇਕੱਲੀ ਹੀ ਜਾ ਆਊਂਗਾ। ਓਕੇ ਠੀਕ ਆ, ਆਪਾਂ ਦੋਏ ਕਦੇ ਬਾਅਦ 'ਚੋਂ ਫਿਰ ਜਾ ਕੇ ਮਿਲ ਆਵਾਂਗੇ, ਹੁਣ ਮੈਂ ਇਕੱਲੀ ਜਾ ਕੇ ਮਿਲ ਆਉਣਾ ਬਾਈ ਨੂੰ। ਠੀਕ ਆ। ਓ ਚਾਚਾ। ਹਾਂ ਬਿੱਲੂ ਪੁੱਤ, ਦੱਸ ਕੀ ਹੋ ਗਿਆ? ਤੂੰ ਹੀ ਕੋਈ ਹੀਲਾ ਕਰ ਲੈ, ਇਹਨੂੰ ਸਮਝਾ ਦੇ ਕੁਛ, ਬੇਬੇ ਨੂੰ ਲੈ ਆਈਏ। ਮੈਂ ਕੀ ਸਮਝਾਵਾਂ ਯਾਰ? ਓ ਬਿੱਲੂ ਪੁੱਤ, ਕੀ ਗੱਲਾਂ ਕਰ ਰਹੇ ਹੋ? ਗੱਲਾਂ ਕੀ ਕਰਦੇ ਹਾਂ, ਰੋਂਦਿਆਂ ਤੇਰੇ ਜੰਮਣ ਵਾਲਿਆਂ ਨੂੰ, ਉਹ ਤਾਂ ਭਜਾ ਕੇ ਰੱਖਤੀ, ਉਹਨੂੰ ਲਿਆਉਣ ਦਾ ਹੀਲਾ ਕਰ ਰਿਹਾ ਕੋਈ? ਲੈ ਯਾਦ ਕਰਿਆ ਦੀ ਉਹ ਆ ਗਈ। ਕਿਵੇਂ ਆ ਪੁੱਤ ਬਿੱਲੂ? ਸਤਿ ਸ੍ਰੀ ਅਕਾਲ ਭਰਜਾਈ। ਆ ਗਈ ਤੂੰ, ਅੱਜ ਕਿੱਧਰੋਂ ਦਿਨ ਚੜ ਗਿਆ, ਤੂੰ ਤਾਂ ਰੁੱਸ ਕੇ ਬਾਗੀ ਤੀ, ਫੇਰ ਆ ਗਈ। ਆਉਂਗੀ ਨੀ, ਮੇਰਾ ਘਰ ਹੈ, ਗੁੱਸੇ ਗਿੱਲੇ ਤਾਂ 100 ਵਾਰੀ ਹੁੰਦੇ ਹੈਗੇ, ਆਖਰ ਨੂੰ ਤਾਂ ਆਪਦਾ ਘਰ ਹੀ ਕੰਮ ਆਉਂਦਾ ਗਾ। ਵੱਡੇ ਘਰ ਵਾਲੀ ਬਣੀ ਫਿਰਦੇ ਆ, ਜਿਵੇਂ ਇਹਦੇ ਪਿਓ ਨੇ ਇਹਦੇ ਨਾਲ ਰਜਿਸਟਰੀ ਕਰਾਈ ਹੁੰਦੀ ਹੈ। ਓ ਤੂੰ ਚੁੱਪ ਵੀ ਕਰ ਜਿਆ ਕਰ, ਫੇਰ ਭਜਾਉਣਾ ਇਹਨੂੰ। ਓ ਬਿੱਲੂ ਪੁੱਤ, ਮੈਂ ਚੁੱਪ ਤਾਂ ਕਰਿਆ ਖੜਾ।
ਜੇ ਆਏਗੀ ਚਾਹ ਦਾ ਕੱਪ ਵੀ ਅੱਗ ਲਾ ਲਿਆ ਹੁਣ। ਰੱਸੀ ਮੱਚ ਗਈ ਪਰ ਬਟ ਨਹੀਂ ਗਿਆ। ਓਏ ਤੂੰ ਚੁੱਪ ਵੀ ਕਰ ਜਾ, ਕਲੇਸ਼ ਦੀ ਜੜ ਤੂੰ ਹੀ ਹੈ। ਓਏ ਮੈਂ ਚੁੱਪ ਤਾਂ ਕਰਿਆ ਖੜਾ, ਜੇਲ੍ਹ ਚ ਜਾ ਕੇ ਵੀ ਨਹੀਂ ਬੰਦਾ ਬਣਿਆ। ਤੁਹਾਡੇ ਦਿਲ ਚ ਮੇਰੇ ਲਈ ਜਮੀ ਜਗ੍ਹਾ ਨਹੀਂ ਹੈਗੀ। ਓਏ ਦਿਲ ਚ ਤਾਂ ਜਗ੍ਹਾ ਹੈਗੀ, ਪਲਾਟ ਕੱਟਿਆ ਪਿਆ ਤੇਰੇ ਵਾਸਤੇ, ਚੱਲ ਤੈਨੂੰ ਦਿਖਾ ਕੇ ਲਿਆਵਾਂ। ਗੱਲ ਸੁਣ ਲੈ, ਆਹੀ ਆ ਤੇਰਾ ਮੰਜਾ, ਬਾਹਰ ਨਹੀਂ ਜਾਣਾ ਤੈਂ, ਬਥੇਰੀ ਤੇਰੇ ਪੁੱਠੇ ਕੰਮਾਂ ਦੀ ਸਜ਼ਾ ਭੁਗਤ ਲਈ। ਅੱਜ ਤੋਂ ਬਾਅਦ ਮੇਰੀ ਚੱਲੂਗੀ ਘਰੇ, ਬਥੇਰੀਆਂ ਤੇਰੀਆਂ ਜਰਲੀਆਂ। ਬਈ ਤੈਨੂੰ ਕਿੰਨੇ ਵਾਰੀ ਸਮਝਾਇਆ ਸੀਗਾ, ਤੂੰ ਵੀ ਬੰਦਾ ਨਹੀਂ ਬਣਿਆ, ਭੋਗ ਹੁਣ ਆਪਦੇ ਕਰਮਾਂ ਦੀ ਸਜ਼ਾ। ਉਹ ਬਾਈ ਮੈਂ ਮਾੜੇ ਕੰਮ ਨਹੀਂ ਕਰਦਾ, ਮੈਨੂੰ ਮਾਫ ਕਰ ਦੋ, ਮੈਂ ਮਾੜੇ ਕੰਮ ਨਹੀਂ ਕਰਦਾ ਓਏ, ਮੈਂ ਮਾੜੇ ਕੰਮ ਨਹੀਂ ਕਰਦਾ ਓਏ, ਮੈਂ ਮਾੜੇ ਕੰਮ ਨਹੀਂ ਕਰਦਾ ਓਏ, ਮੈਨੂੰ ਕਰੇ ਜਵਾਕ ਤਾਂ ਖਰਾਬ ਕਰਤੇ, ਦੇ ਦੇ ਨਸ਼ਾ ਉਹਨਾਂ ਨੂੰ, ਇੱਥੇ ਹੀ ਬੈਠਾ ਰਹੀ ਹੁਣ। ਹੇ ਮੇਰਿਆ ਰੱਬਾ, ਮੈਨੂੰ ਮਾਫ ਕਰ ਦੀ, ਮੇਰੇ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ, ਮੈਨੂੰ ਮਾਫ ਕਰ ਦੀ ਮੇਰੇ ਰੱਬਾ, ਮੈਨੂੰ ਮਾਫ ਕਰ ਦੀ ਮੇਰੇ ਰੱਬਾ। ਨਸ਼ਾ ਵੇਚਣ ਵਾਲਿਆਂ ਤੇ ਨਸ਼ਾ ਕਰਨ ਵਾਲਿਆਂ ਦਾ ਇਹੋ ਹੀ ਨਤੀਜਾ ਹੁੰਦਾ ਹੈ। ਇਹਨਾਂ ਮਾੜੇ ਕੰਮਾਂ ਤੋਂ ਬਚੋ ਬਚੋ ਬਚੋ।